secar de grasa. Hello. ਇੱਥੇ ਪਿਆ ਤੇ ਉਹ ਪਰ ਮੜੇ ਧਰ ਵਰ ਇੱਕ ਨਪੀਂ ਨਹੀਂ ਜਾਂਦੀ ਵੇ। ਓ ਆ ਜੀ ਵਾਹ ਫੜ ਸੁ ਲੋ। ਅੱਛਾ ਤੂੰ ਬੋਲ ਜਾ ਵੇਚਣਾ ਲੈ ਵੀ ਇਰਫਾਨ ਇਮਰਾਨ ਇਹ ਸੁਣ ਆ ਰਿਹਾ ਬਈ ਫਾਨੇ ਨੂੰ ਵਹਾਣੀ ਆ। ਇਹ ਗਰਾਸ ਹੀ ਗਰਾਸ ਉਹ ਬੜੀ ਵੱਡੀ ਕਿੰਨੇ ਕਿੰਨੇ ਕਿਲੋ ਦੀ ਹੈ ਬਈ? ਅੰਦਾਜ਼ਾ ਅੰਦਾਜ਼ਾ ਮੰਡੀ ਦਾ ਰੇਟ ਜੀ ਜਨਾਬ ਤੁਹਾਨੂੰ ਦੱਸਣੇ ਆ ਕਿ ਪਿੰਡੀ ਮੱਛੀ ਗਈ ਹੈ ਤੇ ਕੀ ਰੇਟ ਲੱਗਿਆ? ਦੋ ਕਿਲੋ ਦਾ ਰਹੂ 14,000 ਤੋਂ ਡੇਢ ਕਿਲੋ ਰਹੂ ਦਾ 13,000 ਕਿਲੋ ਵਾਲਾ 11,000 ਆਪਣੇ ਫਾਨੇ ਨੂੰ ਠੀਕ ਹੈ ਦੋਵੇਂ ਵੱਡੀਆਂ ਫੜਨਾ ਇਹ ਫੜਨੀ ਹੋ ਗਈ ਉਸ ਪਹਿਲਾਂ ਇੱਕ ਨੂੰ ਕਾਬੂ ਕਰ ਲੂੰ ਅਜੇ ਕਾਬੂ ਆ ਗਏ ਬੜੀ ਗੱਲ ਹੀ ਇਰਫਾਨ ਇਮਰਾਨ ਇਹ ਸੁਣ ਆ ਰਿਹਾ ਬਈ ਫਾਨੇ ਨੂੰ ਵਹਾਣੀ ਆ। ਇਹ ਗਰਾਸ ਹੀ ਗਰਾਸ ਉਹ ਬੜੀ ਵੱਡੀ ਕਿੰਨੇ ਕਿੰਨੇ ਕਿਲੋ ਦੀ ਹੈ ਬਈ? ਅੰਦਾਜ਼ਾ ਅੰਦਾਜ਼ਾ ਇਧਰੋਂ ਵੇ ਹੈ 4 ਕਿਲੋ ਤੋਂ ਵੱਧ ਵੱਧ ਆਉਣਾ ਹੈ। ਫੜ ਕੇ ਰੱਖੀ ਇਹ ਜੀ 4 ਕਿਲੋ ਤੋਂ ਵੱਧ ਆਉਣਾ ਜੀ। ਇਹ ਗਰਾਸ ਦੋਵੇਂ ਗਰਾਸ ਨੇ 4 ਕਿਲੋ ਤੋਂ ਵੱਧ ਵੱਧ ਵਾਹ ਹਾਂ ਇਹ ਕਿਹਨੂੰ ਵਹਾਣੀ ਹੈ? ਮਰਾਨੇ ਨੇ ਤੇ ਫਾਨੇ ਨੂੰ ਠੀਕ ਹੋ ਗਿਆ ਜੀ। ਇਹ ਸੁਣਦੇ ਪਏ ਵੀ ਚਾਚਾ ਤੁਹਾਡਾ ਕੀ ਪਿਆਉਂਦਾ ਹੈ? ਵੱਡਾ ਭਰਾ ਤੁਹਾਡਾ ਕਹਿ ਰਿਹਾ ਜੀ ਇਹ ਮੱਛੀ ਵਹਾਣੀ ਉਹਨਾਂ ਨੂੰ ਹੈ ਤੇ ਲਓ ਜੀ ਠੀਕ ਰੱਖਦੇ ਤੇ ਬੜੀ ਵੱਡੀ ਮੱਛੀ ਹੈ ਜੀ ਇਹ 5-5 ਕਿਲੋ ਦੇ ਕਰੀਬ ਹੈ। ਹੈ ਤੇ ਗਰਾਸ ਇਹਨੂੰ ਆਉਂਦੇ ਨੇ ਉਹ ਤੇ ਗਰਾਸ ਤੇ ਇਹ ਕਿਹੜੀ ਆ? ਕਿਹੜੀ ਇਹ ਬਾਕੀ ਸਿਲਵਰ ਸਿਲਵਰ ਵੀ ਵਹਾ ਸਿਲਵਰ ਵੀ ਵਹਾ ਵਾਹ ਜੀ ਵਾਹ ਵਾਹ ਵੀ ਸੁਣ ਹੈ ਇਹ ਸਿਲਵਰ ਹੀ ਐਂ ਚੌੜਾ ਇਹਨੂੰ ਚੌੜੇ ਪਾਸੋਂ ਕਰ ਦੋ ਇੰਜ ਵਾਹ ਇੰਜ ਕਰਕੇ ਇੰਜ ਕਰਕੇ ਇਹ ਨਹੀਂ ਨਹੀਂ ਦੂਜੀ ਤਾਂ ਇੰਜ ਉਹਨੂੰ ਵੀ ਇੰਜ ਕਰ ਇੰਜ ਇੱਥੇ ਕਰ ਇੱਥੇ ਰੱਖ ਸੂ ਇੱਧਰ ਵੇ ਵਾਹ ਬਈ ਵਾਹ ਚਲੋ ਠੀਕ ਹੋ ਗਿਆ। ਓ ਮੈਂ ਪੈਰ ਤਬਾਹੀ ਹੋ ਗਈ ਵਹਾ ਗਿਆ ਜਲਾ ਪਹੁੰਚ ਗਈ ਫਾਨਿਆਂ ਕੋਲ ਅੱਛਾ ਰਹੂ ਕਿਹੜੀ ਹੈ ਸੁਲਮ ਇਹਦੇ ਵਿੱਚ ਕੋਈ ਨਹੀਂ ਇਹਦੇ ਵਿੱਚ ਹੈ ਹੀ ਮਰਾਖੀ ਵਹਾ ਕੱਲ ਬੜੀ ਤਸਵੀਰ ਬਣੀ ਤੇਰੀ ਖੋਤੇ ਵਾਲੀ ਯਾਰ ਅੱਜ ਫਿਰ ਨਾ ਬਣਾਈਏ ਕੋਈ ਅੱਜ ਕੋਈ ਬਦਲਾ ਕੇ ਬਦਲ ਕੇ ਅੱਜ ਬਣਾਉਣੇ ਆ ਚੱਲ ਇਹ ਮਰਾਖੀ ਹੈ ਹਾਂ ਇਹ ਮਰਾਖੀ ਹੈ ਜੀ ਇਹ ਮਰਾਖੀ ਇਹ ਹੁਣ ਤੁਹਾਡੇ ਕੋਲ ਇੱਥੇ ਕਿੰਨੀਆਂ ਕਿਸਮਾਂ ਨੇ ਇਹਦੇ ਵਿੱਚ ਇੱਕ ਸਿਲਵਰ ਇੱਕ ਸਿਲਵਰ ਅੱਛਾ
ਗਰਾਸ ਬਿਗ ਅੱਛਾ ਅੱਛਾ ਬਿਗ ਗਾਰਡ ਕਿਹੜੀ ਹੈ ਉਹ ਵੱਡੇ ਸਿਰ ਵਾਲੀ ਹੁੰਦੀ ਹੈ ਅੱਛਾ ਇਹ ਬਿਗ ਗਾਰਡ ਹੈ ਇਹ ਤਾਂ ਸਿਲਵਰ ਵਾਲਾ ਲੱਗ ਰਹੀ ਹੈ ਇਹ ਬਿਗ ਗਾਰਡ ਅੱਛਾ ਹੋਰ ਲਾਓ ਦਿਖਾਈ ਜਾ ਜੇ ਬਿਗ ਗਾਰਡ ਹੋ ਗਈ ਹਾਂਜੀ ਸਾਹਿਬ ਅੱਜ ਦੇ ਰੇਟ ਦੇ ਹਵਾਲੇ ਨਾਲ ਦੱਸੋ ਨਾ ਕੋਈ ਬੰਦਿਆਂ ਨੂੰ ਪਤਾ ਵੀ ਲੱਗੇ ਕੋਈ ਖਬਰ ਪਿੰਡੀ ਗਏ ਸੀ ਤੁਸੀਂ ਕੱਲ੍ਹ ਦਾ ਕੀ ਰੇਟ ਹੈ ਅੰਦਾ ਮੋਟਾ 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 ਸਿਲਵਰ ਦਾ ਕੀ ਲੱਗਾ ਅਸ਼ਵਾਕ ਵੀ ਕਿਹਾ ਸੀ ਚੱਲ ਅਸ਼ਵਾਕ ਤੂੰ ਆ ਜ਼ਰਾ ਹਾਂ ਵੀ ਸ਼ਵਾਕ ਆਵੀ ਯਾਰ ਲਓ ਜੀ ਅੱਜ ਤਰੀਕ ਹੋ ਗਈ ਜਨਾਬ ਅੱਜ ਤਰੀਕ ਕੀ ਆ ਜੀ ਅੱਜ 24 ਹੋ ਅੱਜ 24/2/2023 ਅਤੇ ਅੱਜ ਦਾ ਮੰਡੀ ਦਾ ਰੇਟ ਜੀ ਜਨਾਬ ਤੁਹਾਨੂੰ ਦੱਸਣੇ ਆ ਕਿ ਪਿੰਡੀ ਮੱਛੀ ਗਈ ਹੈ ਤਾਂ ਕੀ ਰੇਟ ਲੱਗਿਆ ਅੱਜ ਦਾ ਦੋ ਕਿਲੋ ਦਾ ਰਹੂ 14,000 ਤੋਂ ਕਿਲੋ ਡੇਢ ਕਿਲੋ ਦੇ 13,000 ਡੇਢ ਕਿਲੋ ਰਹੂ ਦਾ 13,000 ਕਿਲੋ ਵਾਲਾ 11,000 ਕਿਲੋ ਵਾਲਾ 11,000 ਤਿੰਨ ਪਾ 10,000 ਤਿੰਨ ਪਾ ਦਾ 10,000 ਅੱਧਾ ਕਿਲੋ 9,000 ਅੱਧਾ ਕਿਲੋ ਦਾ 9,000 ਅੱਧਾ ਕਿਲੋ ਡਾਊਨ 8,200 ਅੱਧਾ ਕਿਲੋ ਡਾਊਨ ਹਾਂ 8,200 ਤੇ ਮੱਛੀਆਂ ਦਾ ਕੋਈ ਨਾਲ ਕਿਹੜੀ ਕਿਹੜੀ ਮੱਛੀ ਦੱਸਣੀ ਨਾਲ ਮੱਛੀ ਵੀ ਦੱਸਣੀ ਨਾ ਕਿਹੜੀ ਮੱਛੀ ਦਾ ਕਿੰਨਾ ਲੱਗਾ ਉਹ ਮੈਂ ਰਹੂ ਦਾ ਸਾਰਾ ਇਹ ਰਹੂ ਦਾ ਠੀਕ ਹੋ ਗਿਆ ਅੱਛਾ ਉਹ ਥੈਲੀ ਦਾ 2 ਕਿਲੋ ਵਾਲੀ 14,000 ਥੈਲੀ ਦਾ 2 ਕਿਲੋ ਵਾਲੀ ਦਾ 14,000 ਜੀ ਅਗਰ 2.5 ਕਿਲੋ ਵਾਲੀ 15,000 ਥੈਲੀ 2.5 ਕਿਲੋ ਵਾਲਾ ਥੈਲਾ ਜਿਹੜਾ ਉਹਦਾ 15,000 ਹਾਂਜੀ 15,000 ਰੇਟ ਲੱਗਾ ਜੀ ਮਣ ਦਾ ਹਾਂਜੀ ਅੱਛਾ ਅੱਗੇ ਫਿਰ ਰਹੂ ਹੈ 12,000 ਇਹ ਜੀ ਡੇਢ ਕਿਲੋ ਅੱਗੇ 10 ਅੱਛਾ ਨਹੀਂ ਸਿਲਵਰ 12,700 ਸਿਲਵਰ ਜੀ 12,700 ਕਿੰਨੇ ਕਿਲੋ ਵਾਲਾ ਡੇਢ ਕਿਲੋ ਡੇਢ ਕਿਲੋ ਵਾਲਾ ਸਿਲਵਰ 12,700 ਹਾਂਜੀ ਅਤੇ ਸਵਾ ਵਾਲਾ 12,000 ਸਵਾ ਕਿਲੋ ਵਾਲਾ 12,000 ਹਾਂਜੀ ਜਿਹੜਾ ਤ੍ਰੈ ਪਾ ਅਤੇ ਤ੍ਰੈ ਪਾ ਡਾਊਨ ਉਹ 9,000 ਤ੍ਰੈ ਪਾ ਜਿਹੜਾ ਹੌਲੇ ਵੇਟ ਦਾ ਉਹਦਾ 9,000 ਸਹੀ ਹੈ ਦੋ ਕਿਸਮ ਹੀ ਸਨ ਕੱਲ੍ਹ ਹਾਂਜੀ ਸਹੀ ਹੈ ਅਤੇ ਬਿਗ ਸਭ ਤੋਂ ਜ਼ਿਆਦਾ ਰੇਟ ਕਿੱਦਾਂ ਲੱਗਾ ਸਭ ਤੋਂ ਜ਼ਿਆਦਾ ਰੇਟ ਕਿੱਦਾਂ ਲੱਗਾ ਥੈਲੇ ਦਾ ਕਿੰਨਾ 15,000 ਜੀ ਇਹ ਜੀ ਨਵੀਂ ਅਪਡੇਟ ਜੀ ਇਸ ਡੇਟ ਦੀ ਜਿਹੜੇ ਭਰਾ ਨੇ ਉਹਨਾਂ ਨੂੰ ਪਤਾ ਲੱਗ ਜੇ ਜਿਹੜੇ ਮੱਛੀ ਦਾ ਕਾਰੋਬਾਰ ਕਰਦੇ ਨੇ ਕੀ ਰੇਟ ਜਾ ਰਿਹਾ ਪਿੰਡੀ ਦਾ ਕੱਲ੍ਹ ਦਾ ਰੇਟ ਇਹ ਸੀ ਰਾਤ ਦਾ